ਅੱਛਾ ਸ਼ੂਗਰ ਕਿਵੇਂ ਰਹਿੰਦੀ ਹੈ ਤੁਹਾਡੀ ਠੀਕ ਹੈ ਉਹਨਾਂ ਦੇ 110 ਇੰਨੀ ਹੋਈ ਗਈ 4 ਮਹੀਨੇ ਹੋਏ ਆਪਰੇਸ਼ਨ ਹਾਂਜੀ ਕਿੰਨਾ ਸੀ ਭਾਰ 100 ਤੁਹਾਡਾ ਆਪਰੇਸ਼ਨ ਇੱਥੇ 1 ਕੁਇੰਟਲ 43 ਕਿਲੋ ਸੀ ਤੇ ਅੱਜ ਹੁਣ ਕਿੰਨਾ ਚੱਲਦਾ 10 ਦੇ ਕਰੀਬ ਆਇਆ ਕੁਇੰਟਲ ਥੋੜਾ ਜਿਹਾ ਜ਼ਿਆਦਾ 10 ਤੋਂ 1 ਕਿਲੋ ਘਟ ਗਿਆ ਨਾ 4 ਮਹੀਨੇ ਚ ਤੇ ਖਾਦਾ ਕੀ ਜਾਂਦਾ ਇੱਕ ਰੋਟੀ ਖਾ ਲੈਂਦੇ ਹੋ ਟਾਈਮ ਤੇ ਦਾਲ ਸਬਜ਼ੀ ਵੀ ਖਾ ਲੈਂਦੇ ਹੋ ਦਹੀਂ ਵਗੈਰਾ ਖਾਦਾ ਜਾਂਦਾ ਹਾਂਜੀ ਦਹੀਂ ਜ਼ਿਆਦਾ ਫੋਕਸ ਦਹੀਂ ਹਾਂਜੀ ਦਾਲ ਜ਼ਿਆਦਾ ਖਾਓ 2 ਕੌਲੀਆਂ ਦਾਲ ਦੀਆਂ ਖਾਓ ਅੱਛਾ ਰੋਟੀਆਂ ਦਾ ਜ਼ਿਆਦਾ ਨਾ ਹਜੇ ਕਰੋ ਅੱਛਾ ਨਾਲੇ ਤਾਂ ਭਾਰ ਵਧੀਆ ਘੱਟ ਜਾਊਗਾ ਦੂਸਰਾ ਇਹ ਹੈ ਕਿ ਤਾਕਤ ਰਹੂਗੀ ਸਰੀਰ 'ਚ ਨਾ ਕਿਉਂਕਿ ਪ੍ਰੋਟੀਨ ਦੀ ਲੋੜ ਹੁੰਦੀ ਆ ਆਪਾਂ ਨੂੰ ਹਾਂਜੀ ਹਾਂਜੀ ਰੋਟੀਆਂ ਜਿੰਨੀਆਂ ਘੱਟ ਖਾਵਾਂਗੇ ਚੌਲ ਜਿੰਨੇ ਘੱਟ ਖਾਵਾਂਗੇ ਰਿਜ਼ਲਟ ਓਨਾ ਹੀ ਬੈਟਰ ਰਹਿਣਾ ਅੱਛਾ ਬਾਕੀ ਠੀਕ ਹੈ ਸਾਰਾ ਵਧੀਆ ਜਿੰਨਾ ਤੁਰਿਆ ਨੀ ਅੱਗੇ ਗੋਡੇ ਪੀੜ ਕਰਦੇ ਸੀ ਹੁਣ ਗੋਡੇ ਵੀ ਸਹੀ ਨੇ ਆ ਜਿਹੜਾ ਬਹੁਤ ਹੁਣ ਹਲਕਾ ਰਹਿ ਗਿਆ ਦਹੀਂ ਲੱਸੀ ਵਗੈਰਾ ਚੱਲਦਾ